ਸਤਿ ਸ਼੍ਰੀ ਅਕਾਲ ਮਿੱਤਰੋ, ਤੁਹਾਡੇ ਆਪਣੇ ਚੈਨਲ ਪੰਜਾਬੀ ਜਿੰਦਾਬਾਦ 'ਤੇ ਤੁਹਾਡਾ ਕਰਦੇ ਸਵਾਗਤ। ਸੋ ਆਸ ਕਰਦੇ ਤੁਸੀਂ ਸਭ ਠੀਕ ਹੋਵੋਗੇ। ਸੋ ਅੱਜ ਇੱਕ ਹੋਰ ਛੋਟੀ ਜਿਹੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਵੀਡੀਓ ਤੋਂ ਜਾਣ ਤੋਂ ਪਹਿਲਾਂ ਛੋਟੀ ਜਿਹੀ ਰਿਕੁਐਸਟ, ਜਿਹੜੇ ਵੀ ਨਵੇਂ ਜੁੜਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਬੈੱਲ ਆਈਕਨ 'ਤੇ ਵੀ ਕਰ ਲੈਣਾ ਕਲਿੱਕ, ਤਾਂ ਜੋ ਆਉਣ ਵਾਲੀ ਹਰ ਇਟਲੀ ਦੀ ਇਨਫੋਰਮੇਸ਼ਨ ਦੀ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਪਹੁੰਚੇ। ਸੋ ਬਾਕੀ ਤੁਹਾਨੂੰ ਪਤਾ ਹੀ ਹੈ, ਇਟਲੀ ਬਾਰੇ ਆਪਾਂ ਵੀਡੀਓ ਪਾਉਂਦੇ ਰਹਿੰਦੇ ਹਾਂ। ਅੱਜ ਬਹੁਤ ਬਿਨਾਂ ਦੇ ਮੈਨੂੰ ਇਹ ਮੈਸੇਜ ਸੀਗੇ ਕਿ ਆਪਾਂ ਜਦੋਂ 9 ਮੰਥ 'ਤੇ ਆ ਕੇ ਅਤੇ ਪੇਪਰ ਚੇਂਜ ਕਰਾਉਣ ਦਾ ਕੀ ਪ੍ਰੋਸੈਸ ਹੁੰਦਾ ਅੱਗੇ। ਸੋ ਇਸ ਵਿਸ਼ੇ 'ਤੇ, ਬਾਕੀ ਤੁਸੀਂ ਥੰਬਨੇਲ 'ਤੇ ਪੜ੍ਹ ਹੀ ਲਿਆ ਹੋਣਾ, ਇਸ ਵਿਸ਼ੇ 'ਤੇ ਆਪਾਂ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਤਾਂ ਜੋ ਤੁਹਾਨੂੰ ਇਹ ਸਾਰੀ ਜਾਣਕਾਰੀ ਦੀ ਸਮਝ ਲੱਗ ਸਕੇ। ਸੋ ਜੇ ਕਿਸੇ ਵੀ ਮੇਰੇ ਵੀਰ ਦਾ ਕੋਈ ਵੀ ਸਵਾਲ ਹੁੰਦਾ ਤਾਂ ਮੈਨੂੰ ਇੰਸਟਾ 'ਤੇ ਮੈਸੇਜ ਕਰ ਲਿਓ। ਸੋ ਬਹੁਤ ਪਿਆਰ ਦਿੰਦੇ ਤੁਸੀਂ, ਥੈਂਕ ਯੂ ਤੁਹਾਡਾ ਸਾਰਿਆਂ ਦਾ। ਸੋ ਵੀਰੋ, ਗੱਲ ਹੈਗੀ ਇੱਦਾਂ ਕਿ ਜਦੋਂ ਤੁਸੀਂ 9 ਮੰਥ ਵਾਲੇ ਅਤੇ ਵੀਜ਼ੇ 'ਤੇ ਵਰਕ ਪਰਮਿਟ 'ਤੇ ਤੁਸੀਂ ਇਟਲੀ ਆ ਕੇ ਆਪਣੀ ਕੈਟ ਜਮ੍ਹਾਂ ਕਰਾਉਂਦੇ ਆ, ਆਪਣੀ ਕੈਟ ਜਮ੍ਹਾਂ ਕਰਾਉਣ ਤੋਂ ਬਾਅਦ ਤੁਹਾਡੇ ਫਿੰਗਰਾਂ ਤੋਂ ਬਾਅਦ ਤੁਹਾਨੂੰ ਸੰਜੋਰ ਨੂੰ ਮਿਲਦੀ। ਤੋ ਡਿਪੈਂਡ ਕਰਦਾ ਹੁੰਦਾ ਹਰੇਕ ਜ਼ਿਲ੍ਹੇ 'ਤੇ ਕਿ ਕਿੰਨਾ ਟਾਈਮ ਲੱਗਦਾ ਤੁਹਾਨੂੰ ਸੰਜੋਰ ਨੂੰ ਮਿਲਣ ਨੂੰ ਪਹਿਲੀ, ਠੀਕ ਹੈ ਜੀ। ਅਤੇ ਇਹ ਮੈਂ ਅੱਗੇ ਵੀ ਆਪਾਂ ਵੀਡੀਓ ਦੇ ਵਿੱਚ ਦੱਸ ਚੁੱਕੇ ਹਾਂ। ਅਤੇ ਇਸ ਤੋਂ ਅਗਲਾ ਪ੍ਰੋਸੈਸ ਤੁਹਾਨੂੰ ਚੇਂਜ ਕਰਾਉਣ ਦਾ ਕੀ ਹੁੰਦਾ, ਉਹ ਜਦੋਂ ਇਮੀਗ੍ਰੇਸ਼ਨ ਖੁੱਲ੍ਹਦੀ ਹੁੰਦੀ ਆ ਅਤੇ ਇਮੀਗ੍ਰੇਸ਼ਨ ਖੁੱਲ੍ਹਣ ਦੇ ਕੋਟੇ ਦੇ ਵਿੱਚ ਉਹਨੀ ਕਨਵਰਸਿਓਨੇ ਦਾ ਦਮਾਂਦਾ ਜਿਹੜਾ ਹੁੰਦਾ, ਇਹਨੂੰ ਕਹਿ ਦਿੰਦੇ ਜਿਹੜੇ ਚੇਂਜ ਕਰਾਉਣ ਨੂੰ ਕਨਵਰਸਿਓਨੇ ਦਾ ਦਮਾਂਦਾ, ਇਸ ਲਈ ਵੀ ਕੋਟਾ ਰੱਖਿਆ ਹੁੰਦਾ ਉਹਨਾਂ ਬੰਦਿਆਂ ਲਈ ਵੀ ਜਿਨ੍ਹਾਂ ਨੇ ਚੇਂਜ ਕਰਵਾਉਣੇ ਆ। ਸੋ ਜਦੋਂ ਤੁਹਾਡੇ ਫਿੰਗਰ ਹੋ ਜਾਂਦੇ ਆ, ਫਿੰਗਰ ਹੋਣ ਤੋਂ ਬਾਅਦ ਜੇ ਤਾਂ ਤੁਸੀਂ ਉਸੇ ਮਾਲਕ ਕੋਲ ਕੰਮ ਕਰਦੇ ਹੋ ਅਤੇ ਉਹੀ ਮਾਲਕ ਤੁਹਾਡਾ ਕਨਵਰਸਿਓਨੇ ਦਾ ਦਮਾਂਦਾ ਕਰਦਾ, ਤਾਂ ਉਹ ਤੁਹਾਡੇ ਫਿੰਗਰ ਹੋਣ ਤੋਂ ਬਾਅਦ 3 ਤੁਹਾਡੇ ਬੂਸਤੇ ਪਾ ਕੇ ਲੱਗਣੇ ਹੁੰਦੇ 3 ਮਹੀਨਿਆਂ ਦੇ, ਜਿਵੇਂ 3 ਮਹੀਨੇ ਤੁਸੀਂ ਕੰਮ ਕੀਤਾ ਅਤੇ ਉਸ ਤੋਂ ਬਾਅਦ ਦਮਾਂਦਾ ਤੁਹਾਡਾ ਹੋ ਜਾਂਦਾ, ਠੀਕ ਹੈ। ਚਾਹੇ ਤੁਹਾਨੂੰ ਸੰਜੋਰ ਨੂੰ ਮਿਲੀ ਹੋਵੇ, ਚਾਹੇ ਨਹੀਂ ਮਿਲੀ ਹੋਵੇ, ਤੁਹਾਡੇ ਫਿੰਗਰ ਹੋ ਗਏ, ਹੈ ਨਾ। ਸੋ ਦਮਾਂਦਾ ਹੋ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਉਹੀ ਪ੍ਰੋਸੈਸ ਹੁੰਦਾ। ਅਤੇ ਇੱਥੇ ਇੱਕ ਗੱਲ ਹੋਰ ਮੈਂ ਐਡ ਕਰਦਾ ਵੀ ਜੇ ਤਾਂ ਤੁਸੀਂ ਉਸੇ ਮਾਲਕ ਕੋਲੋਂ ਦਮਾਂਦਾ ਕਰਵਾਉਣਾ ਹੁੰਦਾ ਤਾਂ ਉਹ ਤੁਹਾਡੇ ਫਿੰਗਰ, ਤੁਹਾਡਾ ਉੱਥੇ ਕੰਟਰੈਕਟ ਚੱਲਦਾ ਆ, ਜਿੰਨਾ ਚਿਰ ਤੁਹਾਨੂੰ ਸੰਜੋਰ ਨੂੰ ਨਹੀਂ ਮਿਲਦੀ ਤਾਂ ਤੁਸੀਂ ਪਹਿਲਾਂ ਹੀ ਦਮਾਂਦਾ ਕਰਵਾ ਸਕਦੇ ਹਾਂ, ਠੀਕ ਹੈ ਜੀ। ਅਤੇ ਜਿਨ੍ਹਾਂ ਨੇ ਹੋਰ ਕਿਸੇ ਮਾਲਕ ਕੋਲੋਂ ਦਮਾਂਦਾ ਕਰਵਾਉਣਾ ਹੁੰਦਾ ਉਹਨਾਂ ਨੂੰ ਵੇਟ ਕਰਨੀ ਪੈਂਦੀ ਹੈ, ਕਿਉਂਕਿ ਜਦੋਂ ਹੋਰ ਕਿਸੇ ਮਾਲਕ ਕੋਲ ਆਪਾਂ ਕੰਟਰੈਕਟ ਕਰਵਾਉਣਾ ਤਾਂ ਉਹ ਤੁਹਾਨੂੰ ਪਿਛਲਾ ਕੰਟਰੈਕਟ ਕਟਾਉਣਾ ਪੈਂਦਾ। ਅਤੇ ਪਿਛਲਾ ਕੰਟਰੈਕਟ ਤੁਸੀਂ ਜਦੋਂ ਹੋਰ ਕਿਸੇ ਕੋਲੋਂ ਦਮਾਂਦਾ ਕਰਵਾਉਣਾ ਤਾਂ ਤੁਸੀਂ ਨਹੀਂ ਕਟਾ ਸਕਦੇ, ਕਿਉਂਕਿ ਜਿੰਨਾ ਚਿਰ ਤੁਹਾਨੂੰ ਸੰਜੋਰ ਨੂੰ ਪਹਿਲੀ 9 ਮੰਥ ਵਾਲੀ ਨਹੀਂ ਮਿਲਦੀ, ਉਹਦੇ ਵਿੱਚ ਜਦੋਂ ਤਾਂ ਫਿੰਗਰ ਹੋ ਜਾਂਦੇ ਆ, ਉਸ ਤੋਂ ਬਾਅਦ ਹੈਗੇ ਚਾਂਸ ਕਿ ਤੁਸੀਂ ਕਟਵਾ ਕੇ ਹੋਰ ਪਾਸੇ ਕਰਵਾ ਸਕਦੇ ਆ, ਪਰ ਫਿਰ ਵੀ ਥੋੜ੍ਹਾ ਰਿਸਕ ਹੁੰਦਾ। ਮੇਰੀ ਤਾਂ ਤੁਹਾਨੂੰ ਇਹੀ ਸਲਾਹ ਕਿ ਜਿੰਨਾ ਚਿਰ ਤੁਹਾਨੂੰ ਸੰਜੋਰ ਨੂੰ ਨਹੀਂ ਮਿਲਦੀ ਉਨਾ ਚਿਰ ਵੇਟ ਕਰਕੇ, ਸੰਜੋਰ ਨੂੰ ਮਿਲੀ ਤੋਂ ਬਾਅਦ ਹੀ ਜੇ ਤੁਸੀਂ ਹੋਰ ਕਿਸੇ ਮਾਲਕ ਕੋਲ ਦਮਾਂਦਾ ਕਰਵਾਉਣਾ ਤਾਂ ਕਰਵਾਓ, ਕਿਉਂਕਿ ਕਈ ਵਾਰੀ ਹੁੰਦਾ ਹੈ ਕਿ ਜਦੋਂ ਤੁਹਾਡੇ ਫਿੰਗਰ ਹੋ ਜਾਂਦੇ ਆ ਤਾਂ ਉਸ ਤੋਂ ਬਾਅਦ ਵੀ ਜਿੰਨਾ ਚਿਰ ਸੰਜੋਰ ਨੂੰ ਨਹੀਂ ਮਿਲਦੀ, ਕੋਈ ਨਾ ਕੋਈ ਜੇ ਕੋਈ ਡਾਕੂਮੈਂਟ ਘੱਟ ਹੋਵੇ ਤਾਂ ਉਹ ਮੰਗ ਸਕਦੇ ਆ, ਕੰਟਰੈਕਟ ਵੀ ਦੁਬਾਰਾ ਮੰਗ ਸਕਦੇ ਆ, ਹੈ ਨਾ, ਮਾਲਕ ਦੇ ਪੇਪਰ ਵੀ ਦੁਬਾਰਾ ਮੰਗ ਸਕਦੇ ਆ, ਕੁਛ ਵੀ ਜਾਣੀ ਤੁਹਾਡਾ ਮਾਲਕ ਦੇ ਰਿਲੇਟਡ ਕੋਈ ਤੁਹਾਡੇ ਡਾਕੂਮੈਂਟ ਮੰਗ ਸਕਦੇ ਜਿੰਨਾ ਚਿਰ ਤੁਹਾਨੂੰ ਸੰਜੋਰ ਨੂੰ ਨਹੀਂ ਮਿਲਦੀ। ਸੋ ਅਤੇ ਜਦੋਂ ਤੁਸੀਂ ਦਮਾਂਦਾ ਕਰਵਾਉਂਦੇ ਹੋ ਤਾਂ ਉਸ ਤੋਂ ਬਾਅਦ ਜੇ ਤਾਂ ਤੁਹਾਡਾ ਦਮਾਂਦਾ ਨਿਕਲ ਆਉਂਦਾ ਆ, ਉਸੇ ਮਾਲਕ ਨੂੰ ਇੱਕ ਲੈਟਰ ਆਉਂਦਾ ਕਿ ਹਾਂ ਇਸ ਬੰਦੇ ਦਾ ਦਮਾਂਦਾ ਨਿਕਲਿਆ, ਪਰਫਾ ਤੂਰੇ ਫਿਰ ਦੁਬਾਰਾ ਤੋਂ ਉਸੇ ਤਰ੍ਹਾਂ ਹੀ ਜਾਣਾ ਪੈਂਦਾ ਅਪੁਆਇੰਟਮੈਂਟ 'ਤੇ, ਪਰਫਾ ਤੂਰੇ ਵਾਲਿਆਂ ਨੇ ਸੱਦਿਆ ਹੁੰਦਾ ਦਮਾਂਦਾ ਜਦੋਂ ਚਿੱਠੀ ਆ ਜਾਂਦੀ ਹੈ ਕਿ 9 ਤਰੀਕ ਨੂੰ ਆਓ ਤੁਸੀਂ ਆਪਣੀ ਕਿੱਟ ਤਿਆਰ ਤੁਹਾਡੀ, ਹੈ ਨਾ, ਅਤੇ ਉਹ ਫਿਰ ਦੁਬਾਰਾ ਪਰਫਾ ਤੂਰਾ ਕਿੱਟ ਤਿਆਰ ਕਰਕੇ ਤੁਹਾਨੂੰ ਉਸੇ ਤਰ੍ਹਾਂ ਹੀ ਦਿੰਦਾ ਜਿਸੇ ਤਰ੍ਹਾਂ 9 ਮੰਥ ਵਾਲੇ 'ਤੇ ਤੁਸੀਂ ਪਹਿਲਾਂ
वो फिर दोबारा कैट जमा करवाउणी हुंदी पोस्ते दे विच फिर दोबारा तो तुहानू फिंगर उही प्रोसैस हुंदा, फिंगर हुंदे फिंगरां तों बाद संजोन नूं, ठीक है जी। तो प्रोसैस सारा उही हुंदा, जाणी इन्ना कि तुहानू नचारे वेट करनी पैंदी है, जे उही मालक कर दिंदा तां बहुत वधिया गल हुंदी। सो आस करदे हां तुहानू समझ लग गई होणी सारी। सो गल इन्नी होंगी कि पहला आपां नूं 9 मंथ वाली संजोर नूं मिली होंगी है, उस तो बाद आपां जदों कॉन्वर्सियोने दा तमंता करते हैं तो उस तो बाद अपने सबुरदी ना तो लबोरो दे विच चेंज हो जाते हैं। जिहड़ी पहली संजोर नूं होंगी उह सीजनाले होंगी, सीजनल वाले पेपर, तो जिहड़ी दूजी साल वाली संजोर नूं होंगी उहनूं कहिंदे आ सबुरदी ना तो, ते साल वाली दे विच तुहाडी फिर चेंज हो जाती। जदों एक बार साल वाली तुहानू संजोर नूं मिल गई, फिर तुसीं कित्थे जिथे मर्जी काम करो, जिदा का काम लभना लभो करो। उस तो बाद रीन्यू करवानी पैंदी है, बाकी रीन्यू दा इह हुंदा कि साल साल दी मिलदी रहिंदी है, बाकी कॉन्ट्रैक्ट ते तुहाडे काम दे कॉन्ट्रैक्ट ते भी डिपेंड करता हुंदा। जे तां तुहाडा कॉन्ट्रैक्ट फीसो होवे पक्का होवे तां तुहानू 2 साल दी भी मिल सकदी, ते नहीं तां साल साल दी दिंदे आ, ठीक है जी। सो आस करते तुहानू सारी गल समझ लग गई होगी। सो वीडियो चंगी लगी तो वीडियो लाइक तो शेयर दब के मित्रों करया करो, बहुत नोटिफिकेशन अपने चैनल का बहुत घट जाता, रेंज बहुत घटी है इस करके। सो मिलते हैं अगली वीडियो के नाल एक नवी अपडेट के नाल। सत श्री अकाल, रब रखा, जिउंदे वास्ते रहो।